ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਰਕੀਤ ਕੌਰ, ਆਪਣੇ ਚੈਨਲ 'ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂ ਜੀ, ਵਾਹਿਗੁਰੂ ਦੀ ਕਿਰਪਾ ਨਾਲ। ਤੁਸੀਂ ਵੀ ਸਾਰੇ ਠੀਕ ਹੋਵੋਗੇ। ਜਿਹੜਾ ਟਾਈਮ ਆ ਉਹ ਦੁਪਹਿਰ ਦਾ ਹੈਗਾ। ਅੱਜ ਆਪਾਂ ਬਹੁਤ ਹੀ ਬਿਜ਼ੀ ਹਾਂਗੇ ਸਵੇਰ ਦੇ ਕਿ ਜਿੱਦਾਂ ਦੀ ਆਪਣੀ ਬਾਡੀ ਸ਼ੁਰੂ ਹੋ ਰਹੀ ਆ, ਆਪਾਂ ਬਿਜ਼ੀ ਚੱਲ ਰਹੇ ਹਾਂਗੇ ਜੀ। ਸਰਦਾਰ ਜੀ ਤਾਂ ਜਮੀ ਬਸ ਦਿਨ ਰਾਤ ਇੱਕ ਬਣੀ ਹੋਈ ਆ ਉਹਨਾਂ ਦੀ ਤਾਂ, ਕਿਉਂਕਿ ਪਰਸੋਂ ਉੱਧਰਲੇ ਘਰੇ ਤੂੜੀ ਪਾਈ ਸੀ ਅਤੇ ਅੱਜ ਇੱਧਰਲੇ ਘਰੇ ਪਾਉਂਦੇ ਨੇ। ਜਿਹੜੇ ਵਾਹਣ 'ਚ ਪਰਸੋਂ ਤੂੜੀ ਪਾਈ ਸੀ, ਕੱਲ੍ਹ ਤਿਆਰ ਕੀਤਾ ਹੈਗਾ ਅਤੇ ਅੱਜ ਉਹਦੀ ਮੱਕੀ ਬੀਜੀ ਆ। ਉਹ ਵਾਹਣ 'ਚ 5 ਕਿੱਲਿਆਂ 'ਚ ਮੱਕੀ ਬੀਜ ਕੇ ਹੁਣ ਉਹਨੇ ਪਾਣੀ ਲਾਉਣਾ ਹੈ। ਪਾਣੀ ਲਾਉਣ ਨੂੰ ਪਤਾ ਨਹੀਂ ਬੈੱਡ ਬੁੱਡ ਕਹਿੰਦੇ ਠੀਕ ਕਰਦੇ ਨੇ, ਉੱਧਰੋਂ ਉੱਧਰ ਹੀ ਮਿੱਟੀ ਲੋਟ ਕਰਦੇ ਨੇ ਆਪਣੇ ਹਿਸਾਬ ਨਾਲ। ਆਪਾਂ ਨੂੰ ਕੀਤਾ ਹੈ ਨਾ ਬੰਦਿਆਂ ਵਾਲੇ ਕੰਮਾਂ ਨਾਲ। ਇੱਕ ਹੈਲਪਰ ਭਾਈ ਹੈ ਨਾਲ, ਇੱਕ ਸਰਦਾਰ ਜੀ ਨੇ, ਉਹ ਦੋਨੇ ਖੇਤ ਨੇਗੇ। ਅਤੇ ਅੱਜ ਆਪਣੇ ਘਰ ਪੈ ਰਹੀ ਹੈ ਜੀ ਤੂੜੀ ਪੈ ਰਹੀ ਆ। ਬਹੁਤ ਹੀ ਹਵਾ ਚੱਲ ਰਹੀ ਹੈਗੀ। ਤੂੜੀ ਦੀਆਂ ਆ ਗਈਆਂ ਜੀ ਆਪਣੇ ਘਰ 10 ਟਰਾਲੀਆਂ ਅਤੇ ਆਪਣੀ ਸੁਭਾਅ 'ਚ ਪੈ ਜਾਂਦੇ 23-24 ਟਰਾਲੀਆਂ ਪੈ ਜਾਂਦੀਆਂ ਨੇ। ਫਿਰ ਪਤਾ ਲੱਗੂ ਵੀ ਕਿਵੇਂ ਦੀ ਲਾਤੜ ਪਈ ਹੈ। ਜਿੰਨੀ ਲਾਤੜ ਹੋਊਗੀ ਉੱਨੀ ਜ਼ਿਆਦਾ ਤੂੜੀ ਪਊਗੀ। ਸੁੱਖ ਨਾਲ ਐਗਤੀ ਕਣਕ ਦਾ ਝਾੜ ਵੀ ਵਧੀਆ ਅਤੇ ਸੁੱਖ ਨਾਲ ਐਗਤੀ ਤੂੜੀ ਵੀ ਬਹੁਤ ਨਿਕਲਦੀ ਹੈਗੀ, ਕਿਉਂਕਿ ਜਦੋਂ ਆਪਣੀ ਕਣਕ ਵਧੀ ਹੁੰਦੀ ਹੈਗੀ ਹੈ ਨਾ, ਤੂੜੀ ਵੀ ਫਿਰ ਨਾਲ ਹੀ ਵੱਧ ਹੁੰਦੀ ਹੈਗੀ। ਅਤੇ ਇਸ ਕਰਕੇ ਹੁਣ ਜਿਹੜਾ ਟਾਈਮ ਆ ਤੜਕੇ ਨਾ, ਸਾਨੂੰ ਪਤਾ ਨਹੀਂ ਸੀ ਹੈਗਾ। ਸਬਜ਼ੀ ਤਾਂ ਮੈਂ ਕੱਲ੍ਹ ਵੱਧ ਲੈ ਲਈ ਸੀਗੀ ਵੀ ਚੱਲ ਤੂੜੀ ਵਾਲੀ ਮਸ਼ੀਨ ਨਾ ਆ ਜੇ, ਪਰ ਕੱਲ੍ਹ ਉਹ ਮਸ਼ੀਨ ਆਈ ਨਹੀਂ। ਤੂੜੀ ਵਾਲੀ ਮਸ਼ੀਨ ਕੱਲ੍ਹ ਆਈ ਨਹੀਂ ਹੈਗੀ। ਮੈਨੂੰ ਲੱਗਦਾ ਹੁਣ ਇਹ ਰੋਟੀ ਨਾ ਖਾਣ ਆਉਂਦੇ ਹੋਣ। ਪਾਣੀ ਉੱਧਰ ਹੀ ਤੇ ਬਾਈ, ਹਾਂ ਹਾਂ ਰੋਟੀ ਤਾਂ ਬਣੀ ਪਈ ਹੈ, ਮੰਗ ਤੇ ਪਾਣੀ ਤੇ ਹੁਣ ਟਰਾਲੀ ਤਾਂ ਲਾ ਕੇ ਖਾਓਗੇ ਰੋਟੀ, ਫਿਰ ਹੁਣ ਲਹਾ ਲਓ ਬਸ ਮੈਂ ਪਾਉਣੀ ਆ। ਮੈਂ ਤਾਂ ਤੁਹਾਨੂੰ ਹੋਰ ਨਹੀਂ ਕਹੀ ਜਾਂਦੀ ਭਾਈ ਰੋਟੀ ਖਾ ਲਓ, ਰੋਟੀ ਖਾ ਲਓ। ਅਤੇ ਲਓ ਭਾਈ ਹੁਣ ਮੈਂ ਉੱਧਰੋਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ, ਭਾਈ ਆ ਕੇ ਕਹਿੰਦੇ ਸਾਨੂੰ ਭੁੱਖ ਲੱਗਿਆ। ਪਹਿਲਾਂ ਅਸੀਂ ਕਿਹਾ ਸੀ ਵੀ ਖਾ ਲਓ ਰੋਟੀ, ਕੰਮ ਤਾਂ ਚੱਲਦੇ ਰਹਿੰਦੇ ਨੇ ਹੈ ਨਾ। ਜਦੋਂ ਆਪਣਾ ਢਿੱਡ ਭੁੱਖਾ ਹੋਵੇ ਫਿਰ ਆਪਾਂ ਤੋਂ ਕੰਮ ਵੀ ਨਹੀਂ ਹੁੰਦਾ ਹੈਗਾ। ਹਏ ਤੜਾਕ ਤਾਂ ਨਹੀਂ ਵੱਜੀ ਰਸੋਈ ਦਾ ਗੇਟ, ਆ ਤਾਂ ਕੋਈ ਹਾਲ ਹੀਲਾ ਨਹੀਂ। ਕਾਣਸ ਅਤੇ ਰੀਣ ਡਿੱਗਦੀ ਆ ਹਵਾ ਨਾਲ, ਹਵਾ ਚੱਲਦੀ ਆ। ਸਬਜ਼ੀ ਆ ਜਿਹੜੀ ਉਹ ਠੰਡੀ ਹੋ ਗਈ ਅਤੇ ਸਵੇਰੇ ਸਾਨੂੰ ਪਤਾ ਨਹੀਂ ਸੀ। ਅਸੀਂ ਸਬਜ਼ੀ ਕੱਟਣ 'ਤੇ ਫਿਰ ਟਾਈਮ ਲੱਗਦਾ ਸੀ। ਸਵੇਰੇ ਅਸੀਂ ਬਣਾਈ ਸੀ ਜੀ ਮੂੰਗੀ ਦੀ ਦਾਲ, ਹੁਣ ਦੁਪਹਿਰੇ ਬਣਾਇਆ ਆਪਾਂ ਘੀਆ ਕੱਦੂ ਦੀ ਸਬਜ਼ੀ ਬਣਾਈ ਹੈ। ਅਤੇ ਆਪਾਂ ਨਾ ਸਬਜ਼ੀ ਗਰਮ ਹੁੰਦੇ ਹੁੰਦੇ ਭਾਂਡੇ ਚੱਕ ਲੈਣੇ, ਪਹਿਲਾਂ ਮੈਂ ਸਾਰੇ ਭਾਂਡੇ ਰੱਖ ਰਹੇ ਸੀਗੇ, ਮੈਨੂੰ ਭੁੱਖ ਨਹੀਂ ਹੈਗੀ ਹਜੇ। ਅਤੇ ਛੇ ਜਣੇ ਨੇ ਭਾਈ, ਮਸ਼ੀਨ ਵਾਲੀ ਰੋਟੀ ਵੱਗ ਗਈ ਆ, ਘੰਟਾ ਹੋ ਗਿਆ ਸੀ ਨਾ ਵੀਰਾ, ਡੈਡੀ ਵੀ ਖਾ ਗਿਆ ਸੀ ਰੋਟੀ, ਪਰ ਇਹ ਭਾਈ ਰਹਿ ਗਏ ਸੀਗੇ ਰੋਟੀ ਕਰਨੀ ਉਹ। ਅਤੇ ਭੁੱਖ ਲੱਗੀ ਤੁਸੀਂ ਲੱਗਦਾ ਕਹਿੰਦੇ ਸਾਨੂੰ ਭੁੱਖ ਨਹੀਂ ਹੈਗੀ, ਅਤੇ ਮੈਂ ਕਿਹਾ ਚਲੋ ਜਦੋਂ ਭਾਈ ਕੋਈ ਉਦੋਂ ਖਾ ਲਿਓ। ਅਤੇ ਇਸ ਤਾਂ ਚਾਹ ਬਣਾ ਕੇ ਪੀ ਲਈ, ਖੇਤ ਮਸ਼ੀਨ ਵਾਲਿਆਂ ਦੀ ਤੋਰ ਦਿੱਤੀ ਸੀਗੀ, ਇਸ ਕਰਕੇ ਵੱਡੇ ਚੁੱਲ੍ਹੇ 'ਤੇ ਧਰਨੇ, ਸਿਰ ਦੀ ਗਰਮ ਹੋ ਜੂ, ਵਿਚਾਰਿਆਂ ਨੂੰ ਭੁੱਖ ਲੱਗ ਜੂ, ਘਿਓ ਗਰਮ ਕਰ ਲੈਣੇ ਆਪਾਂ। ਲੋਈ ਟਰਾਲੀ ਆ ਗਈ ਆ ਤੂੜੀ ਦੀ, ਕਿਸੇ ਦੇ ਜੂਨ ਵੀ ਨਹੀਂ, ਬਹੁਤ ਹਵਾ ਚੱਲਦੀ, ਹਵਾ ਨਾਲ ਉੱਚੀ ਪਈ ਆ ਨਾ, ਜੇ ਮੱਝਾਂ ਵੀ ਆਪਣੀਆਂ ਅੱਜ ਅੰਦਰਲੇ ਸਾਈਡ 'ਚ ਨੇ, ਇੰਨਾ ਸ਼ੁਕਰ ਹਵਾ ਚੱਲਦੀ ਅੱਜ।
ਸਬਜ਼ੀ ਤੇ ਵੀ ਰੀਣ ਚੜ੍ਹਦੀ ਆ। ਹੋਰ ਰੱਬ ਦਾ ਨਾਂ ਲੈ ਕੇ ਆਓ ਜੀ, ਲੱਗ ਗਿਆ ਆਪਾਂ ਮੱਕੀ ਬੀਜਣ। ਆ ਗਿਆ ਬੀਜਣ ਵਾਲਾ, ਕੱਲ ਸਾਰਾ ਦਿਨ ਤਿਆਰ ਕਰਿਆ ਵਾਹਣ, ਪੈਨਰ ਬੀਜ ਰਿਹਾ, ਪੈਨਰ 18-44 ਬੀਜਦੇ ਹੈ ਕੀਰੇ ਕੇ ਕਲਦੀਪ ਕੇ। ਠੀਕ ਹੈ ਬਾਈ, ਆ ਗਿਆ ਬੀਜਣ ਵਾਲਾ, ਹੁਣ ਬਸ ਚਲਾਉਣੇ ਆ ਕੰਮ। ਰੇਹ ਪਾਤਾ, ਬੀਜ ਪਾਤਾ, ਹੁਣ ਬੀਜ ਸੈੱਟ ਕਰੀ ਜਾਂਦਾ ਅਗਰਾਰੀਆਂ ਤੋਂ। ਕਿੰਨਾ ਵੀ ਪਾਉਣੇ ਹੁੰਦੇ ਕਿੱਲੇ ਦਾ? ਅਸੀਂ ਪਾਉਣੇ 8-8.5। 8-8.5, ਠੀਕ ਹੈ। ਰੇਹ ਵੀ ਪਾਤਾ, ਬੀਜ ਵੀ ਪਾਤਾ, ਬੀਜਣ ਲੱਗ ਗਏ ਜੀ। ਆਹ ਗੇੜਾ ਲਿਆਂਦਾ, ਕੀ ਹੈ ਟੋਮੈਟ ਕੰਮ ਹੈ ਸਾਰਾ। ਲੈ ਵੀ ਆਹ ਜਵਾਨ ਦੇਖਣਾ, ਇਹਨੇ ਦੇਖਣਾ ਉਹ ਬੀਜ ਦੀ ਮਸ਼ੀਨ ਵੀ ਕਿਵੇਂ ਬੀਜਦੀ ਹੈ, ਬਣਾਉਂਦੀ ਆ ਗੱਲ ਭਾਈ। ਬਾਹਾਂ ਡੂੰਘਾ ਦਾ ਬਹੁਤ ਵਧੀਆ, ਬਾਬੂ ਮੈਨੂੰ ਐਂ ਨਹੀਂ ਕਿਤੇ ਹੋਥਾ ਨਾ ਹੋਵੇ। ਹਾਂ ਹਾਂ, ਸਾਨੂੰ ਤਾਂ ਇਹੀ ਡਰਤੀ, ਮੈਂ ਕਿਹਾ ਭਾਈ ਲੱਗਦੀ ਨਹੀਂ ਇਹ ਬੋਲੇ 'ਚ। ਲੰਗਰ ਪਾਣੀ ਸੱਕ ਲਿਆ ਤੇ ਹੁਣ ਭਾਈ ਵਿਚਾਰੇ ਫੇਰ ਤੂੜੀ ਵਾਲੇ ਕਮਰੇ ਚ ਵੜਨਗੇ, ਸੁਭਾਤ ਦੇ ਵਿੱਚ ਪ੍ਰਸ਼ਾਦਾ ਸੱਕ ਲਿਆ ਗਾ। ਤੁਹਾਨੂੰ ਦਿਖਾਉਣਾ ਵੀ ਕਿੰਨੀ ਕੁ ਸੁਭਾਤ ਹੋ ਗਈ ਆਪਣੀ, ਹਜੇ ਤਾਂ ਅੱਧੀ ਹੋਈ ਹੋ, ਅੱਧੀ ਸੁਭਾਤ ਹੋਈ ਹੋਊਗੀ। ਆਪਣੀਆਂ ਮੱਝਾਂ ਦਾ ਹਾਲ ਹੀਲਾ ਤੇ ਆਹ ਹੁਣ ਰੋਟੀ ਖਾਂਦੇ ਖਾਂਦੇ ਟਰਾਲੀ ਲਾ ਕੇ ਗਏ ਨੇ ਗੇ ਭਾਈ, ਰੋਟੀ ਖਾਣ ਲੱਗ ਗਏ, ਟਰਾਲੀ ਆ ਗਈ ਖੇਤੋਂ। ਲੋ ਜੀ ਊਂ ਵੱਲ ਕਰ ਆਪਣੀ ਖੁੱਲ੍ਹੀ ਜਗ੍ਹਾ ਕਰਕੇ ਸਰ ਜਾਣਾ ਮੱਝਾਂ ਨੂੰ, ਅਜੇ ਕੱਖ ਪਾਉਣੇ ਨੇ ਨੰਨੀਆਂ ਪਰੀਆਂ ਨੂੰ ਤਾਂ ਮੈਂ ਪਹਿਲਾਂ ਪਾ ਦਿੱਤੇ ਸੀਗੇ ਸਵੇਰੀ, ਅਤੇ 2-3 ਵਾਰੀ ਨਾ ਗੋਹਾ ਮੈਂ ਇਕੱਠਾ ਕਰ ਗਈ, ਅਤੇ 2-3 ਵਾਰੀ ਗੋਹਾ ਇਕੱਠਾ ਕਰ ਗਈ, ਮੈਂ ਕਿਹਾ ਵਿਚਾਰੀਆਂ ਲਿਬੜਨਗੀਆਂ ਸਵੇਰੇ ਸੁਨੇਹਾ ਦੇ ਆਏ ਹੋਏ ਨੇ ਭਾਈ, ਅੱਜ ਤਾਂ ਨਵਾਈਆਂ ਵੀ ਨਹੀਂ ਗਈਆਂ, ਹੁਣ ਤਾਂ ਜਦੋਂ ਤੂੜੀ ਹੋ ਗਈ ਹੋ ਜੀ ਨਵਾਵਾਂਗੇ ਇਸ ਤਰ੍ਹਾਂ। ਹਜੇ ਤਾਂ ਅੱਧੀ ਵੀ ਨਹੀਂ ਹੋਈ ਹੈਗੀ, ਇਹਦੇ ਵਿੱਚ 24 ਟਰਾਲੀਆਂ ਪੈਂਦੀਆਂ ਨੇ ਤੂੜੀ ਦੀਆਂ, 24 ਪੈ ਜਾਣ, 25 ਵੀ ਪੈ ਜਾਣ, ਉਹ ਲਾਤੜ ਦਾ ਹਿਸਾਬ ਹੁੰਦਾ, ਜੇ ਘੱਟ ਲਾਤੜ ਨੂੰ 22-23 ਨਾਲ ਹੀ ਸਰ ਜਾਂਦਾ। ਆਹ ਦੇਖੋ ਇਸ ਤਰ੍ਹਾਂ ਨਾ ਗੰਢਾਂ ਦਿੱਤੀਆਂ ਹੋਈਆਂ ਨੇ ਇਹ ਲੀਰ ਨੂੰ, ਵੀ ਜਿੰਨੀਆਂ ਟਰਾਲੀਆਂ ਆ ਗਈਆਂ, ਕਹਿ ਆ ਗਿਣੀ 1, 2, 3, 4 ਸੀ, 7, 8, 9, 10, 11 ਟਰਾਲੀਆਂ ਆ ਗਈਆਂ, 11 ਗੰਢਾਂ ਨੇ ਗੀਆਂ। ਚਲੋ ਜੀ ਹੁਣ ਆਪਾਂ ਮੱਝਾਂ ਨੂੰ ਕੱਖ ਪਾ ਦਈਏ, ਦੇਖਭਾਲ ਕਰ ਦਈਏ ਇਹਨਾਂ ਦੀ, ਦੇਖੋ ਖੁੱਲ੍ਹੀਆਂ ਸਾਰੀਆਂ ਸੰਭਰਤੀਆਂ ਮੱਝਾਂ ਨੇ, ਅਤੇ ਹੁਣ ਇਹਨਾਂ ਨੂੰ ਕੱਖ ਵੀ ਪਾ ਦਈਏ। ਅਸੀਂ ਚੱਲਦਾ ਰਹਿੰਦਾ ਜੀ, ਬਹੁਤ ਔਖੀ ਆ ਖੇਤੀ ਕਰਨੀ।
ਸਾਰੇ ਨਿੱਕੇ ਮੋਟੇ ਵੀ ਨਾਲ ਲੱਗ ਜਾਂਦੇ ਨੇ। ਫਿਰ ਜੋ ਕੰਮ ਦੀ ਰੁੱਤ ਹੁੰਦੀ ਹੈ, ਹੁਣ ਅੱਜ ਕੱਲ੍ਹ ਨਾ ਕੋਈ ਲੇਬਰ ਵੀ ਨਹੀਂ ਮਿਲਦੀ ਹੈਗੀ ਜ਼ਿਆਦਾ, ਕਿਉਂਕਿ ਕਮਰਾ ਵਾਲਾ ਜ਼ੋਰ ਹੈਗਾ, ਬਹੁਤ ਕੰਮ ਚੜਿਆ ਪਿਆ ਉੱਪਰ। ਅਤੇ ਕੁਛ ਅੱਜ ਕੱਲ੍ਹ ਨੂੰ ਘੱਟ ਜੂਗਾ, ਕਿਉਂਕਿ ਤੂੜੀ ਬਣ ਜੂਗੀ ਫਿਰ ਆਪਣੀ ਜਿਹੜੀ ਨਵੀਂ ਫਸਲ ਹੈਗੀ ਸਾਉਣੀ ਦੀ, ਅਤੇ ਉਹਦੀ ਤਿਆਰੀ ਹੋ ਜੂਗੀ ਅੱਗੇ ਜੋ, ਕਿਉਂਕਿ ਮੱਕੀ ਬੀਜੀ ਗਈ 5 ਕਿੱਲੇ, ਅੱਜ 2 ਕਿੱਲੇ ਰਹਿ ਗਏ। ਕਿੱਲਾ ਤਾਂ ਜਿਹੜਾ ਆਪਾਂ ਮੱਝਾਂ ਨੂੰ ਚਾਰਨ ਲਈ ਬੀਜਿਆ ਕਰਾਂਗੇ, ਰੋਜ਼ ਵੱਢ ਕੇ ਲਿਆ ਕਰਾਂਗੇ, 1 ਕਿੱਲਾ ਹੋਰ ਬੀਜਾਂਗੇ, 3-3 ਕਿੱਲਿਆਂ ਦਾ ਚਾਰ ਪਾਵਾਂਗੇ। ਅਤੇ ਬਾਕੀ ਉਹ ਹੈਗਾ ਮੂੰਗੀ ਦੇ ਬੀਜਣਗੇ 6 ਕਿੱਲੇ, ਅਤੇ ਹੁਣ ਕੱਲ੍ਹ ਨੂੰ ਇਹ ਜਿਹੜਾ ਵਾਢਾ ਵਿਹਲਾ ਹੋ ਜੂ ਫਿਰ ਰੌਣੀ ਕਰਕੇ 5-6 ਕਿੱਲੇ ਬੀਜਣਗੇ ਮੂੰਗੀ ਦੇ, ਅਤੇ ਥੋੜ੍ਹਾ ਜਿਹਾ ਵਾਹਣ ਰਹਿ ਜੂਗਾ ਵਾਂਗਰ। ਅਤੇ ਦੇਖੋ ਹੈ ਨਾ, ਵਾਹਿਗੁਰੂ ਆਪਣੇ ਤਾਂ ਮਿਹਨਤ ਕਰਨ ਦਾ ਫਰਜ਼ ਹੈਗਾ ਜੀ, ਫਲ ਵਾਹਿਗੁਰੂ ਨੇ ਲਾਉਣਾ ਹੈ ਨਾ, ਅਤੇ ਬਸ ਭੱਜ ਦੌੜ ਇਹੀ ਹੈ। ਅਤੇ ਸਿਰ ਖੁਰਕਣ ਦੀ ਵਿਹਲ ਨਹੀਂ ਹੈਗੀ ਬਿੰਦ ਦੀ ਵੀ ਅੱਜ। ਅਤੇ ਸਰਦਾਰ ਜੀ 3 ਦਿਨ ਹੋ ਗਏ, 4 ਦਿਨ ਸਵੇਰੇ ਵਗ ਜਾਂਦੇ ਨੇ, ਬਸ ਰਾਤ ਨੂੰ ਘਰ ਆਉਂਦੇ ਨੇਗੇ, ਅਸੀਂ ਤਾਂ ਸੌਂ ਸੌਂ ਜਾਂਦੇ ਹਾਂਗੇ ਅਤੇ ਫਿਰ ਆਉਂਦੇ ਨੇ ਘਰ। ਵਿਚਾਰੇ ਆ ਕੇ ਮੈਨੂੰ ਉਠਾਉਂਦੇ ਵੀ ਨਹੀਂ ਹੈਗੇ, ਕਿਉਂਕਿ ਆਪ ਹੀ ਖਾ ਪੀ ਕੇ ਪੈ ਜਾਂਦੇ ਨੇ ਵੀ ਚੱਲ ਤੁਸੀਂ ਵੀ ਕੰਮ ਕਰ ਦਿਓਗੇ। ਅਤੇ ਇਸ ਤਰ੍ਹਾਂ ਸਰਦਾਰ ਜੀ ਆਉਂਦੇ ਗੇ ਕੰਮ ਕਰ ਲੈਂਦੇ ਨੇ, ਰਲ ਮਿਲ ਕੇ ਕਰ ਲੈਣੇ ਜੀ, ਇਕੱਲੇ ਤਾਂ ਹੱਥ ਬਸ ਹੈ ਨਹੀਂ। ਅਤੇ ਬੀਬੀ ਹੁਣ ਪਾਠ ਕਰਨ ਲੱਗ ਗਈ, ਉਹਦਾ ਪਾਠ ਰਹਿੰਦਾ ਸੀਗਾ, ਅਤੇ ਮੇਰਾ ਤਾਂ ਅੱਜ ਸਤਨਾਮ ਵਾਹਿਗੁਰੂ ਬਸ ਹੀ ਹੈ, ਕੋਈ ਟਾਈਮ ਨਹੀਂ ਲੱਗਦਾ। ਹੁਣ ਮੱਝਾਂ ਸਾਂਭੂਗੀ, ਅਤੇ ਆਹ ਤੂੜੀ ਜੀ ਟਰਾਲੀ ਜੀ ਚੱਕ ਦਾਂ ਭਾਈਆਂ ਨੂੰ, ਅਤੇ ਇੰਨੇ ਮੈਂ ਭਾਂਡੇ ਭੁੰਡੇ ਸਾਫ਼ ਕਰ ਲਓ ਜੀ। ਆਪਣਾ ਨਾ ਮੈਂ ਤਾਂ ਟਰਾਲੀਆਂ ਉਡੀਕ ਉਡੀਕ ਕੇ ਘਿਓ ਧਰ ਲਿਆ ਇੱਧਰ, ਅੱਜ ਘਿਓ ਬਣਾਇਆ ਸੀਗਾ, ਅਤੇ ਉੱਧਰ ਮੈਨੂੰ ਟਾਈਮ ਹੀ ਨਹੀਂ ਲੱਗਦਾ ਕੱਖ ਪਾਉਂਦਾ, ਉੱਧਰ ਟਰਾਲੀ ਹੋਰ ਆ ਜਾਂਦੀ ਹੋਰ ਆ ਜਾਂਦੀ ਹੈ। ਅਤੇ ਹੁਣ ਫਿਰ ਹਲਕੇ ਮੈਂ ਘਿਓ ਧਰ ਲਿਆ, ਵਿਚਾਰੀਆਂ ਪਾਣੀ ਦੇ ਵਿੱਚ ਹੈਗੀਆਂ ਨੇ, ਤੜਕੇ ਸੁਨੇਹਾ ਬੰਨਤੀ ਅੰਦਰ, ਮੈਂ ਹੁਣ ਪਾਣੀ ਪਿਆ ਮੈਨੂੰ ਕੱਖ ਪਾ ਆਉਂਗੀ, ਪਸ਼ੂਆਂ ਦੇ ਵੀ ਅੱਖ ਹੋ ਜਾਂਦੇ, ਉਹਨਾਂ ਦੇ ਵੀ ਕੋਈ ਸਾਰੇ ਨਹੀਂ ਹੈਗਾ। ਸਰਦਾਰ ਜੀ ਹੋਰਾਂ ਨੇ ਵੀ ਸ੍ਰੀ ਅੱਖ ਪਾ ਦੇਣ, ਖੇਤ ਕੰਮ ਹੀ ਵਾਲਾ, ਚੱਲ 2 ਦਿਨਾਂ ਦਾ ਕੰਮ ਪੈਂਦਾ ਹੋ ਜੂਗਾ। ਮੇਰਾ ਇੱਧਰ ਘਿਓ ਧਰਿਆ ਹੋਏਗਾ, ਹੌਲੀ ਹੌਲੀ ਇਹ ਬਣ ਜੂਗਾ, ਹੌਲੀ ਨਾ ਮੈਂ ਘੱਟ ਗੈਸ ਕਰਕੇ ਧਰ ਜੂੰਗੀ, ਫਿਰ ਇਹ ਨਾ ਨਿਕਲ ਲੈਣੀ ਹੈਗਾ, ਫਿਰ ਮੇਰੇ ਕੱਖ ਪਾਉਂਦੇ ਪਾਉਂਦੇ ਬਣ ਜੂ ਕੇ ਰਾਣੀ ਵਾਲੀ ਜੀ ਆ ਜਾਣ ਦੋ। ਅੱਛਾ ਮੱਖਣ ਵੀ ਨਹੀਂ ਪੁਰਿਆ ਹੈਗਾ, ਅੱਜ ਤੱਕ ਤੋਂ ਭਰੇ ਖੜਨ ਨੂੰ ਜੀ ਨਹੀਂ ਕਰਦਾ, ਇੰਨੀ ਗਰਦਾ ਬੋਰ ਹੋਇਆ ਪਿਆ, ਐਂ ਲੱਗਦਾ ਵੀ ਕਿਵੇਂ ਸਾਫ ਕਰਾਂਗਾ। ਇੱਕ ਕੱਲ੍ਹ ਨੂੰ ਜਾਣਾਗਾ ਭੋਗ, ਅਤੇ ਅੱਜ ਹੈਗੀ ਜੀ 25 ਤਰੀਕ, ਅਤੇ ਚਲੋ ਆਪਾਂ ਬਾਅਦ 'ਚ ਮਿਲਦਾ ਘਿਓ ਬਣਾ ਲਈਏ। ਲਓ ਜੀ ਆਪਾਂ ਨੇ ਕੱਖ ਕੰਡਾ ਪਾ ਦਿੱਤਾ, ਪਾਣੀ ਪਿਆਇਆ ਜੀ, ਗੋਹੇ ਦੀਆਂ ਢੇਰੀਆਂ ਲਾਇਆ ਜੀ ਮੱਝਾਂ ਵੱਲ, ਕਿਉਂਕਿ ਤੂੜੀ ਦੀਆਂ ਟਰਾਲੀਆਂ ਪਈਆਂ ਸੀ ਸਿੱਟਣ ਵਾਲੀਆਂ, ਅਤੇ ਗਰਦ ਬਾਹਲੀ ਪੈਂਦੀ ਸੀਗੀ, ਅਤੇ ਮਨ ਨਹੀਂ ਸੀ ਕਰਦਾ ਉੱਧਰ ਬਿਲਕੁਲ ਗਰਦ 'ਚ ਖੜਨ ਨੂੰ, ਅਤੇ ਮੈਂ ਹਜੇ ਧਾਰ ਵੇਲੇ ਸਿੱਟ ਦਾਂਗੇ 2 ਬੱਠਲ ਗੋਹੇ ਦੇ। ਅਤੇ ਬਾਕੀ ਭੈਣਾਂ ਹੈ ਨਾ ਪੁੱਛਦੀਆਂ ਰਹਿੰਦੀਆਂ ਨੇ ਵੀ ਭੈਣ ਚੁੰਡੂ ਯੂਟਿਊਬ 'ਤੇ ਤੁਸੀਂ ਕਿਵੇਂ ਪਾਉਣਾ ਵੀਡੀਓ, ਕਿਵੇਂ ਇਹਦੇ ਪੈਸੇ ਕਿਵੇਂ ਆਉਂਦੇ ਨੇ ਦੇਖੋ ਹੈ ਨਾ। ਅਤੇ ਯੂਟਿਊਬ ਦਾ ਕੰਮ ਜੀ ਬਹੁਤ ਹੀ ਔਖਾ, ਬਹੁਤ ਹੀ ਮਿਹਨਤ ਦਾ ਕੰਮ ਆ, ਵੀ ਔਖਾ ਵੀ ਨਹੀਂ ਮਿਹਨਤ ਦਾ ਕੰਮ ਆ, ਬਹੁਤ ਮਿਹਨਤ ਆਉਂਦੀ ਆ ਯੂਟਿਊਬ 'ਤੇ ਵੀਡੀਓ ਬਣਾਉਣ ਲਈ। ਅਤੇ ਬਾਕੀ ਹੈ ਨਾ ਆਮਦਨ ਇਹਦੀ ਵੀ ਜੇ ਆਪਾਂ ਕਹੀਏ ਵੀ ਵਿਊਆਂ ਦੇ ਹਿਸਾਬ ਨਾਲ ਹੈ, ਵੀ ਜੇ ਤਾਂ ਵਿਊ ਚੰਗੇ ਆ ਜਾਂਦੇ ਨੇ
ਚੰਗੀ ਆਮਦਨ ਹੋ ਜਾਂਦੀ ਹੈ। ਜੇ ਵਿਊ ਘੱਟ ਆ ਜਾਂਦੇ ਨੇ ਬਸ ਘੱਟ ਪੈਸੇ ਬਣ ਜਾਂਦੇ ਨੇ, ਇਸ ਤਰ੍ਹਾਂ ਹੀ ਆ ਬਸ, ਜਾਣੀ ਕਿ 200-400 ਰੋਜ਼ ਬਣ ਜਾਂਦਾ, ਦਿਹਾੜੀ ਜੀ ਬਣ ਜਾਂਦੀ ਹੈ, ਇਸ ਕਰਕੇ ਚੱਲੀ ਜਾਂਦਾ ਕੰਮ। ਅਤੇ ਹੁਣ ਨਾ ਬਸ ਧਾਰਾਂ ਦਾ ਟਾਈਮ ਹੋਇਆ ਪਿਆ ਗਾ, ਅਤੇ ਬਸ ਅਸੀਂ ਬੈਠਾਂਗੇ ਵੀ ਜੇ ਹੁਣ ਉਹ ਤੂੜੀ ਸਿੱਟੀ ਜਾਵੇ ਨੇ, ਧਾਰ ਚੋਰੀ ਨੇ, ਜਿਹੜੇ ਦੋ ਬੱਠਲ ਗੋਹੇ ਜਾਣੇ, ਗੋਹੇ ਤਾਂ ਮੈਂ 2-3 ਵਾਰੀ ਫੌੜੇ ਨਾਲ ਕਰਕੇ ਇਕੱਠਾ ਮਗਰ ਮਾਂਜੇ ਨਾਲ ਢੇਰੀ ਲਾਏ ਆਉਣੀ ਹੁੰਦੀ ਹਾਂ, ਪਰ ਕੀ ਕਰਾਂ ਟਾਈਮ ਨਹੀਂ ਹੁਣ ਉਹ ਕਰਦਾ ਹੈਗਾ, ਅੱਗੇ ਦਿੰਦਾ ਹੈਗਾ ਵੀ ਬਿਜ਼ੀ ਸੀ, ਅੱਜ ਸਾਰਾ ਦਿਨ ਬਿਜ਼ੀ ਰਹੇ ਹਾਂਗੇ ਵੀਡੀਓ। ਬਸ ਕੁਛ ਤਾਂ ਬੱਚੇ ਸਕੂਲ ਵਗ ਜਾਂਦੇ ਨੇ ਕਿਉਂਕਿ ਇਹਨਾਂ ਦੀ ਵੀ ਪੜ੍ਹਾਈ ਹੈ। ਭੈਣ ਨੇ ਰਾਤ ਕਮੈਂਟ ਕੀਤਾ ਸੀ, ਭੈਣੇ ਕੁੜੀਆਂ ਨੂੰ ਪੜ੍ਹਾ ਦਾ ਰਾਜ ਕਰਨਗੀਆਂ, ਵਾਹਿਗੁਰੂ ਭੈਣੇ ਤੇਰੇ ਮੂੰਹ 'ਚ ਖੰਡ ਘਿਓ ਹੈ ਨਾ, ਬੋਲ ਫੁਰ ਜਾਣ ਤੁਹਾਡੀ, ਅਤੇ ਵੀ ਬੱਚੇ ਹੈ ਨਾ ਪਾਪਾ ਸਾਰੇ ਹਰ ਇੱਕ ਕੋਈ ਜੋ ਵੀ ਹੈ ਨਾ ਮਾਂ ਪਿਓ ਆ ਬੱਚਿਆਂ ਲਈ, ਅਸੀਂ ਕਹਿੰਦਾ ਵੀ ਆਪਣੇ ਬੱਚੇ ਤਰੱਕੀ ਕਰਨ, ਅਤੇ ਮੈਂ ਤਾਂ ਕਹਿੰਦੀ ਸਭ ਦੇ ਬੱਚੇ ਤਰੱਕੀ ਕਰਨ ਜੀ, ਪੜ੍ਹਨ ਲਿਖਣ ਹੈ ਨਾ, ਮਾਂ ਪਿਓ ਦੇ ਆਗਿਆਕਾਰੀ ਬੱਚੇ ਬਣਨ ਸਾਰੇ, ਅਤੇ ਇਸ ਕਰਕੇ ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੇ ਦੇ ਸਾਰੇ ਵੀਰ ਭੈਣ ਬੱਚਿਆਂ ਨੂੰ, ਸਾਰੇ ਹੀ ਬਸ ਕੰਮ 'ਚ ਜੋ ਵੀ ਭੈਣ ਭਾਈ ਕੰਮ ਕਰਦੇ ਹਾਂ, ਸਫਲਤਾ ਮਿਲੇ ਸਭ ਨੂੰ। ਅਤੇ ਵਾਹਿਗੁਰੂ ਆਪਾਂ ਤਾਂ ਮਿਹਨਤ ਕਰਨ ਵਾਲੇ ਜੀ, ਫਲ ਤਾਂ ਵਾਹਿਗੁਰੂ ਨੇ ਲਾਉਣਾ ਗਾ, ਅਤੇ ਇਸ ਕਰਕੇ ਹੁਣ ਬਸ ਮੈਨੂੰ ਐਂ ਹੋਇਆ ਪੈਗਾ, ਕੰਮ ਤਾਂ ਆਟਾ ਵੀ ਪਿਆ ਦੁਪਹਿਰੇ, ਜਦੋਂ ਰੋਟੀ ਬਣਾਈ ਸੀ ਭਾਈਆਂ ਦੀ ਲੇਬਰ ਵਾਲਿਆਂ ਦੀ, ਉਦੋਂ ਆਟਾ ਵੀ ਜ਼ਿਆਦਾ ਬਚ ਗਿਆ ਕਿਉਂਕਿ ਫਿਰ ਉਨੀ ਮਿਲਵੀਂ ਤੋਲਵੀਂ ਚੀਜ਼ ਤਾਂ ਬਣਦੀ ਨਹੀਂ, ਸਬਜ਼ੀ ਵੀ ਬਣ ਬਚ ਗਈ ਹੈ, ਅਤੇ ਵੱਧ ਬਣਾ ਲਈ ਸੀਗੀ, ਅਤੇ ਆਟਾ ਵੀ ਪਿਆ ਸਬਜ਼ੀ ਵੀ ਪਈ, ਬਸ ਧਾਰਾਂ ਚੁੱਕ ਰੋਟੀ ਰਹਿ ਗਈ ਬਣਾਉਣ ਵਾਲੀ, ਅਤੇ ਬੀਬੀ ਪੌਣੇ ਪੌਣੇ ਧੋਇਆ ਹੀ, ਉੱਧਰ ਵਰਦੀ ਧੋਈ ਸੀ, ਬੀਬੀ ਕਹਿੰਦੀ ਚੱਲ ਵਰਦੀ ਮੈਂ ਧੋ ਦਾਨੀ ਆਂਗੀ ਤੁਹਾਡੀ ਕੁੜੀਆਂ ਦੀ, ਕਹੀਂ ਤੂੰ ਮੱਝਾਂ ਨੂੰ ਕੱਖ ਪਾ ਲਾ, ਇਸ ਤਰ੍ਹਾਂ ਹੀ ਰਲ ਮਿਲ ਕੇ ਸਾਰਾ ਕੰਮ ਹੋ ਜਾਂਦਾ ਗਾ ਹੈ ਨਾ। ਜੇ ਆਪਾਂ ਕਹੀਏ ਵੀ ਮੈਂ ਇਕੱਲੀ ਕਰਦੀ ਹਾਂ ਜਾਂ ਸਰਦਾਰ ਜੀ ਇਕੱਲੇ ਕਰਦੇ ਨੇ, ਸਰਦਾਰ ਜੀ ਨੂੰ ਤਾਂ ਹੁਣ ਕਈ ਦਿਨ ਹੋ ਗਏ, ਨਾ ਦਿਨੇ ਘਰੇ ਰਹਿੰਦੇ ਨਾ ਰਾਤ ਨੂੰ ਘਰੇ ਰਹਿੰਦੇ ਨੇ, ਜੇ ਵੀ ਜਿਵੇਂ ਅੱਜ ਹੁਣ ਮੱਕੀ ਵਾਲਾ ਅੱਜ ਇੱਧਰ ਹੋ ਗਿਆ, ਬਸ ਹੁਣ ਉਹਦੀ ਮਗਰ ਦੀ ਮਗਰ ਰੌਣੀ ਕਰਕੇ ਮੂੰਗੀ ਨੂੰ ਬੀਜ ਰੌਣੀ ਕਰਨਗੇ, ਮੂੰਗੀ ਬੀਜਣਗੇ, ਇਸ ਕਰਕੇ ਬਸ ਅਸੀਂ ਕੰਮ ਚੱਲੀ ਜਾਂਦਾ ਗਾ ਆਪਣੀ, ਧੂ ਕੁੜੀ ਸੀ ਜੱਟਾਂ ਨੇ ਚੱਲੀ ਜਾਊ, ਕੋਈ ਮੂੰਹ ਸਿਰ ਨਹੀਂ ਆਉਂਦਾ ਹੁੰਦਾ, ਹਾੜੀ ਸੌਣੀ ਸੌਣੀ 'ਚ ਹਾੜੀ 'ਚ ਹੈ ਨਾ, ਖਰਚੇ ਜ਼ਿਆਦਾ ਹੋ ਜਾਂਦੇ ਨੇ, ਠੇਕੇ ਦਾ ਬਾਣਾ 'ਚ ਬਚਦਾ ਵੀ ਕੁਛ ਹੈ ਨਹੀਂ, ਠੇਕੇ ਵੀ ਸਾਡੇ ਬਹੁਤ ਮਹਿੰਗੇ ਮਹਿੰਗੇ ਨੇ, 80-82 ਹਜ਼ਾਰ ਨੂੰ ਠੇਕਾ ਹੋਇਆ ਪਿਆ ਗਾ, ਅਤੇ ਤੁਸੀਂ ਆਪਦੇ ਏਰੀਏ 'ਚ ਦੱਸਿਓ ਵੀ ਕੀ ਠੇਕੇ ਦਾ ਰੇਟ ਆ, ਸਾਡੇ ਤਾਂ ਠੇਕਾ ਬਹੁਤ ਜ਼ਿਆਦਾ ਹੈਗਾ ਠੇਕੇ ਦਾ ਰੇਟ। ਅਤੇ ਬਸ ਜੀ ਆਪਾਂ ਅੱਜ ਦੀ ਵੀਡੀਓ 'ਚ ਇੰਨਾ ਹੀ ਕੰਮ ਕਰਦੇ ਹਾਂ, ਅਤੇ ਬੱਚਿਆਂ ਨੇ ਟਿਊਸ਼ਨ ਵੀ ਜਾਣਾ ਹੈਗਾ ਹੈ ਨਾ, ਅਤੇ ਦੁਬਾਰਾ ਵੀਡੀਓ ਵੀ ਨਹੀਂ ਬਣਦੀ, ਤੁਹਾਨੂੰ ਪਤਾ ਹੀ ਆ ਹੁਣ ਉੱਧਰ ਤਾਂ ਗਰਦਾ ਗੋਰ ਹੋਇਆ ਪਿਆ, ਬੱਚੇ ਨਹਾਤੇ ਧੋਤੇ ਹੋਣਗੇ ਤਾਂ ਉੱਧਰ ਜਾਣਗੇ ਲਿਬੜਨਗੇ, ਅਤੇ ਮੈਂ ਤਾਂ ਚੱਲ ਦੁਬਾਰੇ ਨਹਾ ਲੂੰਗੀ ਹੈ ਨਾ, ਕੋਈ ਗੱਲ ਨਹੀਂ, ਧਾਰਾਂ ਚੋ ਕੇ ਕੱਖ ਪਾ ਕੇ, ਸਰਦਾਰ ਜੀ ਤਾਂ ਨੇਰੇ ਆਉਣਗੇ ਸਵੇਰੇ ਆਉਣਗੇ, ਉੱਧਰ ਨਵੀਂ ਦਾ ਡੈਡੀ ਤੂੜੀ ਦਾ ਟਰਾਲੀਆਂ ਢੋਦਾ, ਰਲ ਮਿਲ ਕੇ ਤਾਂ ਹੀ ਕਰੀ ਜਾਂਦੇ ਵੀ ਸਾਂਝੀ ਖੇਤੀ ਆ, ਚਲੋ ਹੈ ਨਾ, ਕਿਸੇ ਨੇ ਵੱਧ ਕਰ ਲਿਆ ਕਿਸੇ ਨੇ ਘੱਟ ਕਰ ਲਿਆ, ਵਧੀਆ ਟਾਈਮ ਪਾਸ ਹੋਈ ਜਾਂਦਾ, ਇੱਥੇ ਕੀ ਆ ਜੀ ਹੱਸ ਦੰਦਾਂ ਦੀ ਪ੍ਰੀਤ ਆਏਗੀ, ਅਤੇ ਜਿਹੜਾ ਰਲ ਮਿਲ ਕੇ ਕੰਮ ਹੋ ਜੇ ਠੀਕ ਹੈ। ਕੱਲ੍ਹ ਨੂੰ ਜਾਣਾ ਜੀ ਆਪਾਂ ਨੇ ਭੋਗ 'ਤੇ, ਜਾਣੀ ਕਿ ਅੱਜ 26 ਤਰੀਕ ਅੱਜ ਨਾ ਸੁਖਮਨ, 25 ਤਰੀਕ ਅੱਜ 26 ਤਰੀਕ ਦਾ ਵੀਰੇ ਦਾ ਭੋਗ ਹੈਗਾ, ਕੱਲ੍ਹ ਨੂੰ ਭੋਗ 'ਤੇ ਜਾਣਾ ਹੈਗਾ, ਅਤੇ ਬਸ ਅੱਜ ਉਹ ਕੁਛ ਤਾਂ ਹੀ ਵੱਧ ਕੰਮ ਜਾਂ ਕਰੀ ਜਾਂਦੇ ਨੇ ਵੀ ਕੱਲ੍ਹ ਨੂੰ ਹੁਣ ਭੋਗ 'ਤੇ ਜਾਣਾ ਗਾ ਵੀ ਨਿਬੜ ਜਾਣ ਕੰਮ, ਕੰਮ ਨਹੀਂ ਨਿਬੜਦੇ ਚਲੋ ਭੋਗ 'ਤੇ ਤਾਂ ਜਾਵਾਂਗੀ, ਅਤੇ ਰਹਿੰਦੇ ਕੰਮ ਆ ਕੇ ਕਰ ਲਾਂਗੇ, ਅਤੇ ਇਸ ਕਰਕੇ ਵਾਹਿਗੁਰੂ ਪਰਿਵਾਰ ਨੂੰ ਭਾਣ ਮੰਨਣ ਦਾ ਬਲ ਬਖਸੇ, ਤੰਦਰੁਸਤੀ ਬਖਸੇ ਸਾਰੇ ਘਰਾਂ ਦੇ ਵਿੱਚ ਹੀ, ਅਤੇ ਚਲੋ ਜੀ ਆਪਾਂ ਹੈ ਨਾ ਕਰ ਦਿਆਂਗੇ ਵੀਡੀਓ ਦਾ ਐਂਡ। ਜੇਕਰ ਚੈਨਲ 'ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ,
ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਜੇਕਰ ਚੈਨਲ 'ਤੇ ਪਹਿਲੀ ਵਾਰ ਹੋ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।